ਜਿਵੇਂ ਨਾ ਸਿਆਣੇ ਕਹਿੰਦੇ ਹੁੰਦੇ ਲੋੜ ਕਾੜ੍ਹ ਦੀ ਮਾਂ ਹੁੰਦੀ ਆ, ਅਤੇ ਉਹੀ ਗੱਲ ਆ ਕਿ ਜਿਵੇਂ ਜਿਵੇਂ ਹੁਣ ਮਹਿੰਗਾਈ ਤੇਲ ਦੀ ਵੱਧਦੀ ਜਾਂਦੀ ਆ ਅਤੇ ਕੰਮ ਦਾ ਸਮੇਂ ਦੀ ਤੇਜ਼ੀ ਆਉਂਦੀ ਜਾਂਦੀ ਆ, ਉਵੇਂ ਉਵੇਂ ਸੰਦ ਵੀ ਉਹੋ ਜਿਹੀ ਆ ਰਹੇ ਆ ਜਿਹੜੇ ਕਿਤੇ ਨਾ ਕਿਤੇ ਤੇਲ ਦੀ ਅਤੇ ਸਮੇਂ ਦੀ ਬੱਚਤ ਕਰ ਰਹੇ ਆ। ਵੀ ਜਿਵੇਂ ਹੁਣ ਅੱਗੇ ਆਪਾਂ ਪਾਉਂਦੇ ਹੁੰਦੇ ਸੀ ਹਲ ਪਾਉਂਦੇ ਸੀ, ਫਿਰ ਉਦੋਂ ਬਾਅਦ ਸੁਹਾਗਾ ਪਾਉਂਦੇ ਸੀ ਕੱਦੂ ਦੇ ਵਿੱਚ, ਹੁਣ ਕੱਦੂ ਵਾਲਾ ਸੀਜ਼ਨ ਆਉਂਦਾ। ਅਤੇ ਹੁਣ ਵਿਸ਼ਾਲਜੀਤ ਹੁਣੀ ਆਹ ਜਿਹੜੀ ਤੁਸੀਂ ਸਕਰੀਨ 'ਤੇ ਚੱਲਦੀਆਂ ਵੇਖਦੇ ਆ ਇਸ ਤਰ੍ਹਾਂ ਦੀਆਂ ਤਵੀਆਂ ਬਣਾਉਂਦੇ ਆ, ਆਪਾਂ ਇਹਨਾਂ ਦਾ ਫੰਕਸ਼ਨ ਪੁੱਛਦੇ ਹਾਂ ਵੀ ਕੀ ਆ। ਵਿਸ਼ਾਲਜੀਤ ਮੈਨੂੰ ਸਾਰਿਆਂ ਨੂੰ ਪਹਿਲਾਂ ਗੱਲ ਹੀ ਇਹ ਦੱਸੋ ਵੀ ਇਹ ਤਵੀਆਂ ਕਿੰਨਾ ਚੌੜਾ ਕਿੰਨਾ ਚੜ੍ਹਾਈ 'ਚ ਕਿੰਨਾ ਥਾਂ ਲੈ ਜਾਂਦੀਆਂ? ਇਹ ਜਿੱਦਾਂ ਮੰਨ ਲਓ ਵੀ ਕੱਦੂ ਕਰਦੇ ਵੇਲੇ 9.5 ਫੁੱਟ ਕਵਰ ਕਰਦੀਆਂ ਨੇ ਜੀ, 9.5 ਫੁੱਟ ਤਕਰੀਬਨ ਸੁਹਾਗੇ ਜਿੰਨਾ ਲੈ ਜਾਂਦਾ, ਸੁਹਾਗੇ ਜਿੰਨਾ ਆਰਾਮ ਨਾਲ ਲੈ ਕੇ ਜਾਂਦੀ। ਅਤੇ ਇਹਨੂੰ ਕਿੰਨੇ ਹਾਰਸ ਪਾਵਰ ਟਰੈਕਟਰ ਚਾਹੀਦਾ? ਹਾਰਸ ਪਾਵਰ ਨੂੰ ਮਤਲਬ ਜਿੰਨਾ ਥੱਲੇ ਵਾਲਾ ਹੋ ਜਾਵੇ ਜੀ ਉੰਨਾ ਫਾਇਦਾ ਹੈ, ਜਿੰਨਾ ਮੰਨ ਲਓ ਜਿੰਨੀ ਮੰਨ ਲਓ ਘੱਟ ਹਾਰਸ ਪਾਵਰ ਹੋਵੇ ਉੰਨੀ ਇਹਨਾਂ ਨੂੰ ਫਾਇਦਾ, ਲੋੜ ਕੋਈ ਨਹੀਂ ਹੈਗਾ ਜੀ ਇਹਨਾਂ ਦਾ। ਵੀ ਮਤਲਬ ਆਪਾਂ ਐਂ ਕਹਿ ਸਕਦੇ ਹਾਂ ਵੀ ਵੀ ਇਹਨਾਂ ਨੂੰ ਇਕੱਲਾ ਚੱਕਣ ਜੋਗੀ ਹਿੰਮਤ ਬਸ 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 ਇੱਦਾਂ ਜੀ, ਵੀ ਖਿੱਚਣ ਨੂੰ ਤਾਂ ਮਤਲਬ ਤਵੀਆਂ ਨੇ ਰੁੜੀ ਜਾਂਦੀਆਂ ਨੇ, ਮਤਲਬ ਆਪਾਂ ਕੱਦੂ ਦੇ ਵਿੱਚ ਪਾਣੀ ਛੱਡਿਆ ਹੋਣਾ ਵਾ ਟਰੈਕਟਰ ਤੁਰਦਾ ਚਾਹੀਦਾ ਇਹਨਾਂ ਨੇ ਤਾਂ ਆਪੇ ਰੁੜੀ ਜਾਣੀ, ਮਿੱਟੀ ਪਲਟਾਈ ਜਾਂਦੀਆਂ ਨੇ ਜੀ ਇਹ। ਠੀਕ ਆ, ਅਤੇ ਹੁਣ ਤੱਕ ਤੁਸੀਂ 3-4 ਸਾਲ ਹੋ ਗਏ ਤੁਹਾਨੂੰ ਬਣਾਉਂਦੇ? ਹਾਂਜੀ। ਐਕਸਪੀਰੀਅੰਸ ਕੀ ਆ ਵੀ ਤੇਲ ਦੇ ਖਰਚੇ ਦਾ ਕਿੰਨਾ ਕੁ ਫਰਕ ਪੈਂਦਾ? ਤੇਲ ਇੱਦਾਂ ਜੀ ਲੋਕਾਂ ਦੇ ਦੱਸਣ ਦੀ ਗੱਲ ਆ ਜੀ ਇਹ, ਅਤੇ ਵੀ ਅਗਲਾ ਕਹਿੰਦਾ ਵੀ ਜੇ ਜਿਹਦੇ 3 ਢੋਲ ਲੱਗਦੇ ਨੇ ਜੀ ਉਹਦੇ 2 ਤੋਂ ਵੀ ਘੱਟ ਢੋਲ ਲੱਗਦੇ ਨੇ, ਜਿੱਦਾਂ ਮੰਨ ਲਓ ਕਿਸੇ ਕੋਲ ਰੋਟਾਵੇਟਰ ਆ ਜਾਂ ਹਲਾਂ ਨਾਲ ਅਗਲਾ ਕੱਦੂ ਕਰਦਾ, ਅਤੇ ਮੰਨ ਕੇ ਚਲੋ ਵੀ ਉਹਨੇ ਅਗਲੇ ਪਿਛਲੇ ਸਾਲ ਵਾਂਗੂ 3 ਢੋਲ ਭਰਾ ਲਏ, ਵੀ ਉਹ ਮਤਲਬ ਲੋਕਾਂ ਦੇ ਦੱਸਣ ਦੀ ਗੱਲ ਆ ਵੀ 1 ਢੋਲ ਭਰਿਆ ਹੀ ਰਹਿ ਗਿਆ, ਵੀ ਇੰਨਾ ਇਹਨਾਂ ਦਾ ਇੰਨਾ ਜ਼ਿਆਦਾ ਖਰਚਾ ਘੱਟ ਆ ਜੀ ਇਹਨਾਂ ਦਾ। ਕਿਉਂ ਇੱਕ ਤਾਂ ਮੇਰੇ ਹਿਸਾਬ ਨਾਲ ਵੀ ਟਰੈਕਟਰ ਸਲੈਪਰ ਹੀ ਕਰਦਾ। ਹਾਂਜੀ ਹਾਂਜੀ, ਵੀ ਟਰੈਕਟਰ ਸਲੈਪਰ ਹੀ ਕਰਦਾ ਵੀ ਇਹ ਮਗਰ ਰੁੜੀਆਂ ਹੀ ਤੁਰੀਆਂ ਹੁੰਦੀਆਂ। ਹਾਂਜੀ, ਵੀ ਜੋ ਹਲਾਂ ਤੇ ਵੀ ਆ ਭੋਰਾ ਲੱਗ ਜਾਂਦੇ ਆ ਟਰੈਕਟਰ ਸਲੈਪ ਕਰ। ਹਾਂਜੀ ਹਾਂਜੀ, ਉਹ ਡੂੰਘੇ ਲੱਗ। ਤੇ ਦੂਜਾ ਮੇਰੇ ਹਿਸਾਬ ਨਾਲ ਫਾਇਦਾ ਇਹ ਵੀ ਆ ਵੀ ਜਿਹੜਾ ਹੁਣ ਇਕਤੀ ਅੱਗ ਲਾਉਂਦੇ ਨੇ, ਹਾਂਜੀ, ਡੱਕਾ ਡੋਲਾ ਜਾਂ ਹਲ ਇਕੱਠੇ ਕਰਦੇ ਆ, ਹਾਂਜੀ, ਇਹ ਤਵੀਆਂ ਕਰਕੇ ਇਹ ਡੱਕਾ ਡੋਲਾ ਜਾਂ ਮੌਕੇ ਤੇ ਨੱਪੀ ਜਾਂਦੇ ਇਹਨਾਂ ਨੇ, ਮਤਲਬ ਪਲਟ ਦੇਣਾ ਜਿੱਦਾਂ ਮੰਨ ਲਓ ਵੀ ਇਹਨਾਂ ਦਾ ਕੱਦੂ ਰੋਟਾਵੇਟਰ ਨਾਲ ਦਾ ਕੱਦੂ ਆ, ਜਿੱਦਾਂ ਮੰਨ ਲਓ ਬਾਅਦ 'ਚ ਵੀ ਖੇਤ ਉੱਦਾਂ ਹੀ ਨਰਮੇ ਰਹਿੰਦਾ ਜੀ। ਹਾਂ ਵੀ ਜਿਵੇਂ ਆਪਾਂ ਇਹ ਕਹਿ ਸਕਦੇ ਵੀ ਜਿਹੜਾ ਘੁੰਡੀ ਘਪੜਾ ਜਾ ਮਗਰੋਂ ਆਪਣੇ ਡੱਕੇ ਮਾਰਦਾ ਉਹ ਨਹੀਂ ਮਾਰਦਾ। ਹਾਂਜੀ ਹਾਂਜੀ, ਉੱਦਾਂ ਮਤਲਬ ਜ਼ਮੀਨ ਪਲਟਦੀਆਂ ਨੇ ਇਹ, ਜਿੱਦਾਂ ਤਾਂ ਵੀ ਹਲਕਾ ਹਲਕਾ ਪਲਟ ਜਾ। ਹਾਂਜੀ ਹਾਂਜੀ ਹਾਂਜੀ, ਤੇ ਬਾਈ ਜਿਵੇਂ ਕੱਦੂ ਆ ਆਮ ਤੌਰ ਤੇ ਜਦੋਂ ਆਪਾਂ ਸੁਹਾਗਾ ਮਾਰਦੇ ਆ ਪੱਥਰ ਹੋ ਜਾਂਦਾ ਬਾਣ, ਹਾਂਜੀ, ਤੇ ਇਹਦੇ ਨਾਲ ਕਿਵੇਂ ਰਹਿੰਦਾ? ਇਹ ਜਿੱਦਾਂ ਮੰਨ ਲਓ ਰੇਤਲੀ ਜ਼ਮੀਨ ਆ, ਜਿੱਦਾਂ ਮੰਨ ਲਓ ਵੀ ਆਪਾਂ ਦੂਜੇ ਹਾਈ 'ਚ ਜਾਂ ਪਹਿਲੇ ਹਾਈ 'ਚ ਤਾਂ ਆਰਾਮ ਨਾਲ ਚੱਲਦੀਆਂ, ਦੂਜੇ ਹਾਈ 'ਚ ਵੀ ਚਲਾ ਸਕਦਾ ਬੰਦਾ ਇਹਨਾਂ ਨੂੰ, ਵੀ ਜਿੱਦਾਂ ਜਿੱਦਾਂ ਰੇਤਲੀ ਜ਼ਮੀਨ ਆ ਤਾਂ ਆਪਾਂ ਮੰਨ ਲਓ ਵੀ 3 ਵਾਰੀ ਵਾਹੁਣਾ, 3 ਵਾਰੀ ਉਹਨੂੰ ਵਾਹ ਸਕਦੇ ਹਾਂ, 4th ਵਾਰੀ 1 ਵਾਰੀ ਸੁਹਾਗਾ ਥੱਲੇ ਛੱਡ ਲਓ। ਜਿੱਦਾਂ ਡਾਕਰ ਜ਼ਮੀਨ ਆ, 4 ਵਾਰੀ ਵਾਹੁਣਾ ਤਾਂ 4 ਵਾਰੀ ਸੁਹਾਗਾ ਛੱਡ ਲਓ ਥੱਲੇ, 4 ਵਾਰੀ ਆਪਣੀ ਵਾਹੀ ਹੋ ਗਈ, 4 ਵਾਰੀ ਸੁਹਾਗਾ ਹੋ ਗਿਆ ਜੀ, ਦੁੱਗਣਾ ਕੰਮ ਹੁੰਦਾ 1 ਵਾਰੀ ਦੇ ਵਿੱਚ, ਲੋੜ ਉਹਨੇ ਹੀ ਆ। ਅਤੇ ਪੋਲਾ ਰਹੂਗਾ? ਹਾਂਜੀ, ਇੱਕ ਇਹਨਾਂ ਦਾ ਹੋਰ ਵੀ ਬੈਨੀਫਿਟ ਆ, ਮਤਲਬ ਜਿੱਦਾਂ ਵੀ ਮਾੜੀਆਂ ਮੋਟੀਆਂ ਤਲੀਆਂ ਹੁੰਦੀਆਂ ਨੇ ਜਿੱਦਾਂ ਰਹਿ ਜਾਂਦੀਆਂ ਨੇ, ਇਹ ਸੁਹਾਗਾ ਜਿੱਦਾਂ ਖਿੱਚਵਾਂ ਹੁੰਦਾ ਇਹ, ਇਹਦੇ ਕਿਹੜਾ ਪਿੰਨ ਪੈਂਦੀ ਆ, ਕੋਈ ਪਿੰਨ ਪੈਣ ਨੂੰ ਜਗ੍ਹਾ ਹੁੰਦੀ ਆ ਵੈਸੇ, ਮਤਲਬ ਜਿੱਦਾਂ ਆਪਾਂ ਮਤਲਬ ਕੱਦੂ ਕਰਨਾ ਪਿੰਨ ਨਹੀਂ ਪਾਉਣੀ ਆਪਾਂ, ਉਹਦਾ ਜਿੱਦਾਂ ਖਿੱਚਵਾਂ ਸੁਹਾਗਾ ਹੈ, ਮਾੜੀ ਮੋਟੀ ਤਲੀ ਧੂਲੀ ਸਭ ਖਿੱਚ ਦਿੰਦਾ ਬਰਾਬਰ। ਹਾਂਜੀ ਬਰਾਬਰ, ਮਾੜੀ ਮੋਟੀ ਗਾਂਹ ਪਿਛਾਂ ਜੇ ਕਰਦਾ। ਹਾਂਜੀ ਹਾਂਜੀ ਹਾਂਜੀ, ਤੇ ਵਿਸ਼ਾਲ ਜੀ ਇਹ ਤਾਂ ਹੋ ਗਿਆ ਕੱਦੂ ਦੇ ਵਿੱਚ। ਹਾਂਜੀ, ਤੇ ਮੈਂ ਤਾਂ ਕਹਿੰਦਾ ਯਾਰ ਜੇ ਕਰੰਟ ਕਰੁੰਟ ਕਣਕ ਹੋ ਜੇ ਮਾੜਾ ਮੋਟਾ, ਕਰੰਟ ਕਰੁੰਟ ਭੰਨਣ ਦੇ ਵੀ ਕੰਮ। ਹਾਂਜੀ ਹਾਂਜੀ ਹਾਂਜੀ, ਮਤਲਬ ਜਿੱਦਾਂ ਅਸੀਂ ਕੋਈ ਮਾੜੇ ਮੋਟੇ ਪੱਠੇ ਪੁੱਠੇ ਬੀਜਣੇ ਜੀ ਤਾਂ ਵੀ ਵਾਹ ਲੈਂਦੇ ਹਾਂ ਜੇ ਮਾੜਾ ਜਿਹਾ ਖੇਤ ਨਰਮ ਹੋਵੇ। ਅੱਛਾ, ਵੀ ਇਹਨਾਂ ਨਾਲ ਹੀ ਵਾਹ ਦੇਣਾ? ਇਹਨਾਂ ਨਾਲ ਹੀ ਵਾਹ ਦਿੰਦੇ ਜੀ। ਵੀ ਮੰਨ ਲਓ ਵੀ ਕਿਹੜਾ ਮਾੜਾ ਜਿਹਾ ਜੀ, ਹਾਂ ਮਾੜਾ ਜਿਹਾ ਹੀ ਆਪਾਂ ਜਿਵੇਂ ਜਾਂ ਆਪਾਂ ਝੋਨੇ ਦੀ ਸਿੱਧੀ ਬਿਜਾਈ ਵੀ ਕਰਨੀ ਆ ਉਦੋਂ ਵੀ ਹਾਲ ਆਪਾਂ ਬਾਲੇ ਨਹੀਂ ਲਾਉਣੇ। ਹਾਂਜੀ ਹਾਂਜੀ, ਉਹ ਵੀ ਹੋ ਸਕਦਾ ਜੀ। ਹਾਂ ਵੀ ਉਹ ਮਾੜਾ ਜਿਹਾ ਉੱਤੋਂ ਛੇੜਨਾ ਹੀ ਹੁੰਦਾ ਆਪਾਂ। ਹਾਂਜੀ ਹਾਂਜੀ, ਤੇ ਉਦੋਂ ਵੀ ਇਹਦੇ ਨਾਲ ਮਾੜੀ ਜਿਹੀ 2 ਵਾਰੀ ਅਲਤਜੀ ਕਰਕੇ ਤੇ ਸੁਹਾਗਾ ਮਾਰ ਕੇ ਤੇ ਝਾਲ ਮੇਰਾ ਭਾਈ ਹਟੇ ਮਿਟੇ। ਹਾਂਜੀ ਹਾਂਜੀ, ਹੈਨਾ। ਤੇ ਇਹ ਅੱਛਾ, ਇਹ ਕੱਦੂ ਜੀਣ ਦਾ ਪੂਰੀਆਂ ਕਾਰਗਰਾ ਕੱਦੂ ਜੀ ਦਾ ਮੈਂ ਤੁਹਾਨੂੰ ਦੱਸਿਆ ਜੀ, ਇਹ ਲੋਕਾਂ ਦੇ ਦੱਸਣ ਦੀ ਗੱਲ ਆ ਜੀ ਵੀ ਇੰਨਾ ਜ਼ਿਆਦਾ ਬੈਨੀਫਿਟ ਆ ਇਹਨਾਂ ਦਾ ਤੇਲ ਦਾ ਹੀ। ਸਭ ਤੋਂ ਪਹਿਲਾਂ ਤੇਲ ਦਾ, ਇੱਕ ਜਿੱਦਾਂ ਮੰਨ ਲਓ ਵੀ ਆਪਾਂ ਕਦੇ ਹਲ ਪਾ ਲਿਆ ਕਦੇ ਸੁਹਾਗਾ ਪਾ ਲਿਆ, ਉਹ ਚੀਜ਼ ਨਹੀਂ ਲੋੜ ਪੈਂਦੀ ਹੈਗੀ ਯਾਰ। ਵੈਸੇ ਤਾਂ ਵਿਸ਼ਾਲਜੀਤ ਕੋਲੇ ਹੁਣ ਨਾ ਮਜ਼ਦੂਰ ਵੀ ਬਹੁਤ ਆ, ਤੇ ਵਿਸ਼ਾਲਜੀਤ ਮੈਨੂੰ ਜਾਣਦਾ ਇਹ ਗੱਲ ਕਹਿੰਦਾ ਸੀਗਾ ਵੀ ਬਾਈ ਇਹਦੀ ਨਾ ਯਾਰ ਤੁਸੀਂ ਭਾਵੇਂ ਨਾ ਵੀਡੀਓ ਰਹਿਣ ਦਿਓ, ਵੀ ਮਤਲਬ ਇੰਨਾ ਕਾਸਾ ਇਹ ਕੰਮ ਤੇ ਵੀ ਇੰਨਾ ਆਪਾਂ ਕਹਿ ਸਕਦੇ ਵੀ ਆਰਡਰ ਆ, ਤੇ ਪਰ ਫਿਰ ਵੀ ਬਾਈ ਹੁਣ ਤੂੰ ਭੋਰਾ 4 ਬੰਦੇ ਵੱਧ ਲਾ ਲਈ ਪੈ ਗਿਆ, ਤਾਂ ਹੁਣ ਜੇ ਕੋਈ ਯਾਰ ਮਿੱਤਰ ਨੇ ਫੋਨ ਕੀਤਾ ਤੈਨੂੰ ਬਣਾ ਕੇ ਦੇਣੀਆਂ ਪੈਣੀਆਂ। ਠੀਕ ਹੈ ਜੀ, ਹੈਨਾ। ਹਾਂ ਵੀ ਜੇ ਕਿਸੇ ਨੇ ਮਿੱਤਰ ਨੇ ਫੋਨ ਕਰ ਲਿਆ ਮੈਨੂੰ ਇਹ ਗੱਲ ਦਾ ਲਾਂਭਾ ਨਾ ਵੀ ਯਾਰ ਫੋਨ ਕੀਤਾ ਸੀ, ਉਹ ਕਹਿੰਦਾ ਯਾਰ ਬਈ ਬਣ ਨਹੀਂ ਸਕਦੀਆਂ, ਹਾਂ ਵੀ ਬੰਦੇ 4 ਬਾਈ ਬਣ ਕੇ ਵੱਧ ਰੱਖ ਲਈ ਕਈ ਗੱਲ ਵੀ ਜੇ ਕਿਸੇ ਬੰਦੇ ਦੇ ਚਲੋ ਆਪਾਂ ਇਹ ਕਹਿ ਸਕਦੇ ਵੀ ਜੇ ਹੁਣ ਵੱਡੇ ਕੰਮ ਵਾਲਾ 35-40-50 ਕਿੱਲਿਆਂ ਵਾਲਾ ਬੰਦਾ ਜੇ ਉਹਦੇ 2 ਢੋਲ ਬਚ ਗਏ ਤਾਂ
ਤੇ ਬਾਕੀ ਮਾੜਾ ਮੋਟਾ ਸੰਦ ਕੰਮ ਆਉਂਦਾ ਹੈ ਸਾਲ ਚ ਵੀ ਕੱਦੂ ਕਰਕੇ ਵਿਹਲਾ ਪਿਆ ਰਹਿੰਦਾ ਹਨਾ ਮਤਲਬ ਜੇ ਆਪਾਂ ਕੰਮ ਨਹੀਂ ਵੀ ਲੈਣਾ ਤਾਂ ਆਉਣਾ ਪਹਿਲੇ ਸੀਜ਼ਨ ਮੁੱਲ ਮੋੜਦਾ ਜੀ ਇਹ ਕੱਦੂ ਦੇ ਵਿੱਚ ਬੰਦਾ ਵਰਤਦਾ ਨਹੀਂ ਇਹਨਾਂ ਨੂੰ ਜਦ ਆਪਣਾ ਕੱਦੂ ਦੇ ਵਿੱਚ ਇਹਨਾਂ ਨੇ ਮੁੱਲ ਮੋੜਤਾ ਬੰਦਾ ਸਾਈਡ ਤੇ ਖੜਾ ਦਿੰਦਾ ਜੀ ਇਹਨਾਂ ਅਗਲਾਂ ਦਾ ਕਰਮ ਵਾਲਿਆਂ ਤੁਸੀਂ ਅਗਲਾ ਢੋਲੇ ਪਿਆ ਰਹਿ ਗਿਆ ਜੀ ਤੇਲ ਦਾ ਤੇਲ ਵਾਲਾ ਢੋਲ ਪਿਆ ਰਹਿ ਗਿਆ ਬਾਕੀ ਹੋਰ ਗੱਲ ਵਿਸ਼ਾਲ ਜੀ ਬਈ ਜਿਵੇਂ ਹੁਣ ਜਾਨ ਸੌਖੀ ਮੇਰੇ ਅਰਗੇ ਦੀ ਹਾਂਜੀ ਹਾਂਜੀ ਉਹ ਜਦੋਂ ਐ ਪਾਉਣੇ ਪੈਂਦੇ ਨਾ ਗਾਰੇ ਨਾਲ ਤੇ ਪਾਉਣਾ ਪੈਂਦਾ ਕਦੇ ਸੁਹਾਗਾ ਲੈ ਕੇ ਅਗਲਾ ਲੰਘ ਜਾਂਦਾ ਬੱਟ ਤੋਂ ਦੀ ਤੇ ਬੱਟ ਚੜਾਉਣ ਵਾਲੇ ਨੇ ਚੜਾਉਣਾ ਹੈ ਉਹ 13-14 ਫੁੱਟ ਫਿਰ ਉਹਦਾ ਚਿੱਤ ਪੁੱਛੇ ਹੀ ਜਾਣਦਾ ਤੇ ਉਹ ਚੀਜ਼ ਤੋਂ ਜਾਣਦਾ ਛੁਟਕਾਰਾ ਹੁੰਦਾ ਵੀ ਇਹ ਜਿਹੜੇ ਕਿੱਲੇ ਚ ਵੜ ਗਿਆ ਉਹ ਚ ਕੱਦੂ ਕਰਕੇ ਤੇ ਪੂਰਾ ਨਿਬੇੜ ਕੇ ਨਿਕਲਦਾ ਦੁਬਾਰਾ ਉੱਥੇ ਝੋਨਾ ਲਾਉਣ ਵਾਲੇ ਬਣਦੇ ਹਾਂਜੀ ਹਾਂਜੀ ਵੀ ਟਰੈਕਟਰ ਵਾਲੀ ਗੱਲ ਖਤਮ ਹੋ ਜਾਂਦੀ ਤੇ ਤੇਲ ਦਾ ਖਰਚਾ ਆਪਾਂ ਇਹ ਕਹਿ ਸਕਦੇ ਹਾਂ ਵੀ ਇਹਦੇ ਨਾਲ ਆਮ ਦੂਜੇ ਨਾਲੋਂ ਤੀਜਾ ਹਿੱਸਾ ਹੈ ਤੀਜੇ ਤੋਂ ਵੀ ਘੱਟੇ ਰਹਿ ਜਾਂਦਾ ਜੀ ਹਾਂ ਵੀ ਆਮ ਟਰੈਕਟਰ ਜਿਵੇਂ ਮੇਰੇ ਕੋਲ ਮਹਿੰਦਰਾ 575 ਆ ਦੂਜੇ ਹਾਈ ਚ ਤੂੰ ਹੀ ਫਿਰੂਗਾ ਆਰਾਮ ਨਾਲ ਫਿਰੂਗਾ ਜੀ ਹਾਂ ਵੀ ਕੋਈ ਪਰਵਾਹ ਨਹੀਂ ਕੋਈ ਪਰਵਾਹ ਚੌਕ ਤੇ ਤੁਰਿਆ ਫਿਰੂਗਾ ਹਾਂਜੀ ਹਾਂ ਵੀ ਇਹਨਾਂ ਬਾਈ ਹੁਣਾਂ ਦਾ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਵੀ ਟਰੈਕਟਰ ਆ ਵੀ ਜਿਹੜੇ ਸੁਹਾਗੇ ਵਾਲੇ ਗੇਅਰ ਚ ਆਪਾਂ ਕਹਿ ਸਕਦੇ ਵੀ ਚੌਕ ਤੇ ਤੁਰਿਆ ਹਾਂਜੀ ਹਾਂਜੀ ਵੀ ਜੇ ਉਹ ਤੋਂ ਕੋਈ ਭੋਰਾ ਵੱਡਾ ਲਾ ਲਈਏ ਤਾਂ ਉਹ ਤੇ ਵੀ ਚੌਕ ਤੇ ਤੁਰਿਆ ਹਾਂਜੀ ਹਨਾ ਬਾਈ ਤੇ ਇਹ ਬਾਈ ਕੰਮ ਕਰਦੇ ਆ ਸਚਿਆਰਾ ਕਰਦੇ ਆ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੋ ਵੀ ਤੁਸੀਂ ਸੰਦ ਬਣਿਆ ਇਸ ਵੀਡੀਓ ਦੇ ਵਿੱਚ ਵੀ ਦੇਖੋਗੇ ਲਾਸਟ 'ਤੇ ਵੀ ਮਗਰ ਦੇਖੋਗੇ ਜੋ ਵੀ ਸੰਦ ਬਣਾਉਣਗੇ ਸੰਦ ਬਣਿਆ ਹੁੰਦਾ ਸਚਿਆਰਾ ਬਣਾਉਂਦੇ ਆਹ ਕੱਦੂ ਵਾਲੀਆਂ ਤਵੀਆਂ ਜੇ ਵੀ ਕਿਸੇ ਵੀ ਸੱਜਣ ਨੂੰ ਚਾਹੀਦੀਆਂ ਹੋਈਆਂ ਬੇਫਿਕਰ ਹੋ ਕੇ ਵਿਸ਼ਾਲਜੀਤ ਨੂੰ ਫੋਨ ਲਾਉਣਾ ਚਾਹੇ ਇਹਦੇ ਕੋਲ ਘਾਸ ਹੋਵੇ ਅਤੇ ਚਾਹੇ ਕਸਾ ਹੋਵੇ ਅਤੇ ਚਾਹੇ ਸੰਦ ਹੋਵੇ ਨਾ ਹੋਵੇ ਤੁਹਾਨੂੰ ਉਪਲਬਧ ਕਰਾ ਕੇ ਦੇਊਗਾ ਇਹਦੀ ਜ਼ਿੰਮੇਵਾਰੀ ਹੁਣ ਹੋ ਗਈ ਆ ਠੀਕ ਆ ਕਿ ਨਹੀਂ ਬਾਈ ਬਸ ਇਹ ਹੁਣ ਤੈਨੂੰ ਗੱਲ ਕਹਿਤੀ ਆ ਵੀ ਜੇ ਕੋਈ ਸੱਜਣ ਮੇਰਾ ਫੋਨ ਲਾਊਗਾ ਤੇ ਉਹਨਾਂ ਨੂੰ ਉਪਲਬਧ ਕਰਾ ਦਿਓ ਤੇ ਬਾਈ ਜੇ ਲੱਗਿਆ ਕਿ ਬੰਦਾ ਹਾਂ ਮਿਹਨਤੀ ਆ ਸਚੱਜਾ ਤੇ ਸਚਿਆਰਾ ਕੰਮ ਕਰਦਾ ਮੁੰਡਾ ਤਾਂ ਵੀਡੀਓ ਨੂੰ ਸ਼ੇਅਰ ਮਾਰ ਦਿਓ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ।